ਕਿਹੋ ਜਿਹੇ ਮੋੜ ਉੱਤੇ ਤੇਰਾ ਪਿਆਰ ਲੈ ਕੇ ਆ ਗਏ, ਬੰਦ ਕਰ ਦੇ ਇੱਕ ਮਿੰਟ, ਕਾਪੀ ਰਾਈਟ ਆ ਜੂ। ਹੇਠਾਂ ਨੂੰ ਆਉਣ ਲੱਗੇ ਕਿੰਨਾ ਕੁ ਔਖਾ ਲੱਗ ਰਿਹਾ। ਹਾਂਜੀ ਗੁੱਡ ਮੋਰਨਿੰਗ ਜੀ, ਰਾਤ ਸਾਡੀ ਬਹੁਤ ਵਧੀਆ ਨਿਕਲੀ, ਟੈਂਟ 'ਚ ਬਹੁਤ ਘੈਂਟ ਨੀਂਦ ਆਈ, ਵਧੀਆ ਸੀਗਾ ਯਾਰ। ਠੰਡ ਨਹੀਂ ਲੱਗੀ ਹੈਗੀ ਮੇਨਲੀ ਕਿਉਂਕਿ ਅਸੀਂ ਕੰਬਲ ਲੈ ਲਏ ਸੀ, ਸਲੀਪਿੰਗ ਬੈਗ ਵੀ ਸੀਗੇ ਸਾਡੇ ਕੋਲ। ਥੋੜ੍ਹਾ ਕਿਵੇਂ ਰਹੀ ਰਾਤ? ਬੋਲ ਪਾ ਵਧੀਆ, ਪਹਿਲਾਂ ਸੌਂਦੇ ਨਹੀਂ ਹੈਗੇ, ਉਹ ਸੌਤਾ ਤਾਂ ਮੇਰੇ ਤੋਂ ਪਹਿਲਾਂ ਅਸੀਂ ਉੱਠਿਆ, ਪਤਾ ਨਹੀਂ ਕਿਉਂ ਸਾਜਰੇ ਗੀਤਾ ਤੋਂ ਵੱਜ ਗਏ। ਬਾਹਰ ਦੇਖੋ ਵੀ ਉਹ ਬਾਈ ਕੁੱਕਰ ਧੋਣ ਆਇਆ ਹੋਇਆ, ਯਾਰ ਆਪਣੇ ਨਾ ਥੋੜ੍ਹੇ ਬੂਟ ਗਿੱਲੇ ਸੀ ਤਾਂ ਉਹਦੇ ਕਰਕੇ ਆਪਾਂ ਦੁਬਾਰਾ ਸਵੇਰੇ ਉੱਠ ਕੇ ਬੋਨ ਫਾਇਰ ਕਰਨ ਲੱਗੇ ਆ। ਚਲੋ ਅੱਗ ਲਾਈਏ। ਚੱਲ ਕੀ ਆਪਣੇ ਅੱਗ ਤੇ ਹੁਣ ਆਪਾਂ ਬੈਠ ਕੇ ਸੇਕਦੇ ਹਾਂ ਇਹਨੂੰ। ਯਾਰ ਆ ਜਾਂਦਾ ਯਾਰ ਬੋਨ ਫਾਇਰ ਕਰਕੇ, ਤੇ ਇੱਕ ਮੇਰਾ ਥੋੜੇ ਬੂਟ ਗਿੱਲੇ ਸੀ ਉਹ ਲਿਆ ਕੇ ਰੱਖਦਾ, ਹੁਣ ਉਹ ਵੀ ਸੁਕਾਉਣਾ ਹੋਵੇ। ਬਹੁਤ ਕੰਮ ਦੀ ਚੀਜ਼ ਅੱਗ ਚਲਾਉਣ ਵਾਸਤੇ, ਕੋਈ ਦੇਖਣਾ ਨਹੀਂ ਪੈਂਦਾ ਕਿਸੇ ਕਹਿੰਦੇ ਨਾਲ ਦੀ ਨਾਲ ਗੋਲੀ ਚਲਾ ਦਿਓ। ਚਲੋ ਹੁਣ ਮੈਨੂੰ ਰੱਖ ਕੇ ਇੱਥੇ ਦੇ ਬੂਟ ਚੱਕ ਕੇ ਲੈ ਕੇ ਆਉਣਾ। ਬੂਟ ਰੱਖਤਾ ਆਪਾਂ ਉਰੇ ਸੁੱਕਣ ਦੇ ਲਈ, ਪਹਿਲਾਂ ਮੈਂ ਫੜ ਕੇ ਬੈਠਾ ਸੀ, ਹੁਣ ਆਪਾਂ ਸੁੱਕਣ ਦੇ ਲਈ ਰੱਖਦਾ। ਥੋੜ੍ਹੀ ਬਹੁਤ ਹੀਟ ਆਉਂਦੀ ਆ, ਵੱਧ ਤਾਂ ਜਲ ਨਾ ਜਾਵੇ ਯਾਰ। ਲਓ ਜੀ ਸੁਬਹਾ ਸੁਬਹਾ ਆ ਗਿਆ ਸਾਡਾ ਬ੍ਰੇਕਫਾਸਟ, ਬੜੀ ਛੇਤੀ ਬਣਾਇਆ ਇਹਨੇ ਹੈ ਨਾ। ਹੁਣ ਤਾਂ ਹਾਲੇ ਤਾਂ ਹੁਣ ਦੇਖਿਆ ਸੀ ਬਾਹਰ ਚੁੱਲ੍ਹੇ ਜੱਗ ਚਲਾਉਂਦਾ ਸੀ, ਹੁਣ ਮਿੰਟੋ ਮਿੰਟ ਹੀ ਬਣਾ ਕੇ ਵੀ ਲੈ ਆਇਆ। ਖਾਣਾ ਤਾਂ ਅੰਦਰ ਬਣਾਉਂਦਾ, ਅੰਦਰ ਭੱਠੀ ਤੇ ਬਣਾਉਂਦਾ। ਪੱਕੀ ਗੱਲ ਆ, ਤੇ ਬਾਹਰ ਉਰੇ ਬਾਹਰ ਤਾਂ ਕੱਲ੍ਹ ਮੁਰਗਾ ਰੱਖਿਆ ਹੋਇਆ ਸੀ ਹੈ ਨਾ। ਠੀਕ ਆ ਠੀਕ ਆ ਠੀਕ ਆ, ਹਾਂ ਹਾਂ ਹਾਂ, ਨਜ਼ਾਰਾ ਹੀ ਅੱਡ ਆ ਯਾਰ ਇਹ ਤਾਂ। ਆ ਲਓ ਜੀ ਸਾਰਾ ਸਮਾਨ ਪੈਕ ਕਰਕੇ ਪਹੁੰਚ ਚੁੱਕੇ ਸੁਬਹਾ ਸੁਬਹਾ ਕਰੇਰੀ ਲੇਕ 'ਤੇ। ਉਹ ਦੇਖ ਉਹ ਦੇਖ, ਤੈਨੂੰ ਕਹਿੰਦਾ ਸੀ ਨਾ ਉੱਧਰ ਦੀ ਰਸਤਾ ਹੋਊਗਾ ਦੂਸਰਾ, ਉਹ ਚੱਲੇ ਨਾ ਬੈਗ ਪਾ ਕੇ, ਉੱਧਰ ਦੀ ਆਉਣਾ ਸੀਗਾ ਜੀ ਜਦੋਂ ਆਇਆ ਨਹੀਂ ਕਦੇ। ਹਾਂ ਬਾਈ ਵਿਊ ਬਹੁਤ ਜ਼ਿਆਦਾ ਘੈਂਟ ਆਉਣਾ ਚਾਹੀਦਾ, ਹੁਣ ਮੱਠੀ ਮੱਠੀ ਜੀ ਬਾਰਿਸ਼ ਹੋਣ ਲੱਗ ਗਈ ਤਾਂ ਹੁਣ ਸਾਨੂੰ ਉਰੋ ਚੱਲਣਾ ਚਾਹੀਦਾ। ਹਜੇ ਨਾ ਤੁਸੀਂ ਜੇ ਲੀਕ ਵੱਧ ਭਰੀ ਹੋਈ ਦੇਖਣੀ ਹੈ ਨਾ, 20 ਦਿਨਾਂ ਤੱਕ ਹਲੇ ਮੀਂਹ ਨਾ ਪੈਣ ਲੱਗੇ ਜਦੋਂ ਬਾਰਿਸ਼, ਪਰ ਬਾਰਿਸ਼ ਦੇ ਵਿੱਚ ਆਉਣਾ ਔਖਾ ਹੋ ਜਾਂਦਾ ਹੈ।
ਰਸਤਾ ਵੀ ਰਿਸਕੀ ਹੋ ਜਾਂਦਾ ਤੇ ਜਿਹੜੇ ਕ੍ਰੋਸਿੰਗ ਨੇ ਔਰ ਪਾਣੀ ਕਿੰਨਾ ਭਰਿਆ ਹੋਊਗਾ। ਹਾਂ ਦੇਖੋ ਜਿੰਨਾ ਖਤਰਾ ਓਨੇ ਸੋਹਣੇ ਵਿਊ, ਜਿੰਨਾ ਔਖਾ ਟਰੈਕ ਓਨਾ ਵਧੀਆ ਟਰੈਕ, ਮੇਰੇ ਅਕੋਰਡਿੰਗ ਤਾਂ ਇਹੀ ਆ। ਉੱਪਰ ਮੰਦਰ ਆ, ਉਹ ਗਲੇਸ਼ੀਅਰ ਆ, ਗਲੇਸ਼ੀਅਰ ਜਮਾ ਸੁੱਕਣ ਦੀ ਤਦਾਦ ਤੇ ਆਏ ਹੋਏ ਨੇ। ਵਧੀਆ ਲੱਗਿਆ ਯਾਰ ਉਰੇ ਆ ਕੇ, ਜ਼ਰੂਰ ਆਇਓ। ਜਿਹੜਾ ਗਲੇਸ਼ੀਅਰ ਆ ਨਾ, ਜਦੋਂ ਸਰਦੀਆਂ ਆ ਜਾਂਦੀਆਂ ਨੇ ਉਦੋਂ ਨਾ ਸਾਰਾ ਗਲੇਸ਼ੀਅਰ ਉਹ ਨੀਚੇ ਜਿੱਥੇ ਤੱਕ ਉਹਨਾਂ ਨੇ ਟੈਂਟ ਲਾਏ ਹੋਏ ਨੇ ਉੱਥੇ ਤੱਕ ਇਹਦੀ ਸਾਰੀ ਬਰਫ਼ ਭਰ ਜਾਂਦੀ ਆ। ਆਹ ਟੋਏ ਆਹ ਹੱਟ ਦੇ ਉੱਪਰ ਦੀ ਬਰਫ਼ ਹੁੰਦੀ ਆ ਸਾਰੀ, ਇਹ ਸਾਰਾ ਕੁਛ ਉਦੋਂ ਹੋ ਜਾਂਦਾ। ਚਲੋ ਦਵਿੰਦਰ ਜੀ ਉੱਪਰ। ਆਹ ਸੀਗਾ ਯਾਰ ਜਿਹੜਾ ਕਰੇਰੀ ਲੇਕ 'ਤੇ ਮੰਦਰ ਬਣਿਆ ਹੋਇਆ, ਉਰੇ ਮੈਨੂੰ ਲੱਗਦਾ ਤਿਆਰੀ ਚੱਲ ਰਹੀ ਆ ਹੌਲੀ ਹੌਲੀ। ਬਹੁਤ ਜ਼ਿਆਦਾ ਵਧੀਆ ਹੋ ਜੂਗਾ, ਬੋਲਿਆ ਨਹੀਂ ਜਾ ਰਿਹਾ ਹੈ ਨਾ, ਸਾਹ ਸੁੱਕ ਰਿਹਾ ਜਮੀ, ਬਿਲਕੁਲ ਬੋਲਿਆ ਨਹੀਂ ਜਾ ਰਿਹਾ ਯਾਰ, ਜਮੀ ਸਾਹ ਸੁੱਕ ਰਹੇ ਨੇ। ਬਹੁਤ ਜ਼ਿਆਦਾ ਸੋਹਣਾ ਯਾਰ, ਬਹੁਤ ਜ਼ਿਆਦਾ। ਚਲੋ ਲਈਏ ਰੱਬ ਦਾ ਨਾਮ ਅਤੇ ਹੁਣ ਵਾਪਸੀ ਦੇ ਲਈ ਚੱਲੀਏ ਆਪਾਂ। ਆਹ ਕੱਲ੍ਹ ਹਾਫ ਪੈਂਡਿੰਗ ਸੀ, ਅੱਜ ਦੇਖ ਲਓ ਸਾਰਾ ਬਣਾ ਤਾ। ਇਹ ਵੀ ਠੀਕ ਹੈ ਯਾਰ, ਹੁਣ ਇਹੋ ਜਿਹੇ ਵੀ ਰਹਿਣ ਲਈ ਬਣੀ ਜਾਂਦੇ ਨੇ। ਉਹ ਹੇਠਾਂ ਕਿਸੇ ਨੇ ਵਾਸ਼ਰੂਮ ਟੈਂਟ ਵੀ ਲਾਇਆ ਹੋਇਆ, ਮਤਲਬ ਪੈਸੇ ਦੇ ਕੇ ਸਹੂਲਤ ਤਾਂ ਪੂਰੀ ਮਿਲ ਜਾਂਦੀ ਹੈ ਜੇ ਕਿਸੇ ਨੇ ਲੈਣੀ ਆ। ਫੈਮਿਲੀ ਵਾਲਿਆਂ ਵਾਸਤੇ ਠੀਕ ਹੈ ਯਾਰ। ਉਹੀ ਕਹਿੰਦਾ ਸੀ ਨਾ ਓਏ ਜਿਹੜਾ ਸਾਹਮਣੇ ਵਾਸ਼ਰੂਮ ਟੈਂਟ ਲੱਗਿਆ ਹੋਇਆ ਉੱਧਰ, ਹੈ ਨਾ, ਉਹ ਨੀਚੇ ਤੁਹਾਨੂੰ ਦਿਖਾਉਣਾ ਜਮਾ ਰੀਵਰ ਦੇ ਕੋਲ ਵਾਸ਼ਰੂਮ ਟੈਂਟ ਲਾਇਆ ਹੋਇਆ। ਉਹ ਸਾਹਮਣੇ ਲਾਇਆ ਹੋਇਆ ਤਿਆਰ ਹੋ ਰਹੇ ਨੇ ਹੁਣ ਨਵੇਂ, ਪੂਰਾ ਸੀਜ਼ਨ ਦਾ ਟਾਈਮ ਆ। ਪਾਣੀ ਆਉਂਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਉਹਦੇ। ਇੱਕ ਹੋਰ ਦੇਖੋ ਕਿੰਨਾ ਸੋਹਣਾ ਪੁਲ ਬਣਿਆ ਹੋਇਆ, ਇਹਦੀ ਤਾਂ ਮੈਨੂੰ ਨੀਚੇ ਨੂੰ ਵੀ ਕਾਫੀ ਲੱਗਦਾ ਹੈ ਕਿ ਹੋਊਗਾ ਡੂੰਘਾ, ਹੈਨਾ। ਸਾਫ ਦੇਖੋ ਕਿੰਨਾ ਦੇਖਦੇ ਨੇ ਨਾ ਤੁਹਾਨੂੰ ਵੀ ਪੱਥਰ, ਹਰ ਇੱਕ ਮੋੜ 'ਤੇ ਅੱਡ ਨਜ਼ਾਰਾ ਉਰੇ ਦਿਖਾਉਂਦੇ ਚੱਲਾਂਗੇ ਤੁਹਾਨੂੰ ਸਾਰੇ। ਕਿਹੋ ਜਿਹੇ ਮੋੜ ਉੱਤੇ ਤੇਰਾ ਪਿਆਰ ਲੈ ਕੇ ਆ ਗਿਆ, ਬੰਦ ਕਰ ਦੇ ਇੱਕ ਮਿੰਟ, ਕਾਪੀ ਰਾਈਟ ਆ ਜੂ। ਹੇਠਾਂ ਨੂੰ ਆਉਣ ਲੱਗੇ ਕਿੰਨਾ ਔਖਾ ਲੱਗ ਰਿਹਾ। ਔਖਾ ਤਾਂ ਹੈਗਾ ਯਾਰ, ਹੇਠਾਂ ਨੂੰ ਵੀ ਦੂਰੀ ਤੇ ਕੁਛ ਨਾ ਕੁਛ ਤਾਂ ਆ ਹੀ ਜਾਂਦਾ, ਜਿਹਨੂੰ ਦੇਖ ਕੇ ਬੰਦੇ ਦਾ ਮਾਇੰਡ ਰਿਲੈਕਸ ਹੋ ਜਾਂਦਾ, ਦੋ ਮਿੰਟ ਰੁਕ ਕੇ ਖੁਸ਼ ਹੋ ਜਾਂਦਾ ਬੰਦਾ। ਹੁਣ ਆਓ ਉਰੇ, ਪਰ ਹੁਣ ਤੋਂ ਪਹਿਲਾਂ ਟ੍ਰੈਡਮਿਲ ਵਗੈਰਾ ਲਾ ਲਓ, ਘਰੇ ਪੌੜੀਆਂ ਚੜ ਲਓ ਤੇ ਹਾਂ ਹੱਥ ਖਾਲੀ ਰੱਖਿਓ, ਡੰਡਾ ਰੱਖ ਲਿਓ। ਜਿਹਨਾਂ ਨੂੰ ਔਖਾ ਲੱਗਦਾ ਉਹਦੇ ਨਾਲ ਨਾ ਜਦੋਂ ਆਪਾਂ ਡੰਡੇ ਨਾਲ ਹੱਥ ਲਾਉਣੇ ਆ ਤਾਂ ਹੱਥ ਦਾ ਜ਼ੋਰ ਨਾਲ ਲੱਗ ਜਾਂਦਾ, ਉਹ ਬੋਡੀ ਦਾ ਕੁਛ ਵੇਟ ਕੈਰੀ ਕਰ ਲੈਂਦਾ ਆਪਣਾ ਹੱਥ, ਤਾਂ ਉਹ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਯਾਰ ਮੇਰੇ ਅਕੋਰਡਿੰਗ ਤਾਂ। ਬਾਕੀ ਪਹਿਲਾਂ ਘਰੇ ਪੌੜੀਆਂ ਲਾ ਲਿਓ, ਦਿਨ 'ਚ 40-50 ਵਾਰ ਪੌੜੀਆਂ ਚੜ੍ਹ ਜਾ ਕਰੋ, ਉੱਤਰ ਜਾ ਕਰੋ, ਘੰਟਾ ਘੰਟਾ ਪੌੜੀ ਚੜ੍ਹ ਕੇ ਪੌੜੀ ਉਤਰ ਗਏ। ਬਸ ਐਂ ਲਾ ਲਓ ਜੇ ਤੁਸੀਂ 6 ਘੰਟੇ ਪੌੜੀ ਚੜ੍ਹੀ ਗਏ, ਉਤਰੀ ਗਏ, ਚੜ੍ਹੀ ਗਏ, ਉਤਰੀ ਗਏ, ਇੱਥੇ ਆ ਜਾ ਕੋਠੇ ਦੇ ਉੱਪਰ ਜਾਣ ਨੂੰ ਨੀ ਹੁੰਦੀਆਂ ਸਿਖਰ ਵਾਲੀਆਂ ਪੌੜੀਆਂ, ਉਹ ਆਪਾਂ ਵੱਡੀਆਂ ਬਣਾ ਲੈਂਦੇ ਹੁੰਦੇ ਆ।
ਉਹ ਪੌੜੀਆਂ ਚੜ੍ਹਿਓ ਜਿਹੜੀਆਂ ਘਰ ਵਾਲੀ ਆਪਾਂ ਛੋਟੇ ਸਟੈਪ ਰੱਖ ਲੈਂਦੇ ਹੁੰਦੇ ਹਾਂ, ਉਹ ਚੜ੍ਹਨ ਦਾ ਕੋਈ ਫਾਇਦਾ ਨਹੀਂ। ਆਹ ਦੇਖੋ ਏਡਾ ਸਟੈਪ ਹੋਵੇ ਫੇਰ ਨਹੀਂ, ਏਡਾ ਵੱਡਾ ਸਟੈਪ ਆ ਯਾਰ, ਫੇਰ ਵੀ ਕਹਾਂ ਇਹ ਤਾਂ ਵੀ ਉੱਤੇ ਪਿਆ, ਏਡੇ ਏਡੇ ਸਟੈਪ ਨੇ। ਉਤਰਦੇ ਹੁਣ ਕੰਟੀਨਿਊ ਸਾਨੂੰ ਹੋ ਗਿਆ ਸੀ ਡੇਢ ਕੁ ਘੰਟਾ, ਤਾਂ ਹੁਣ ਬ੍ਰੈਡ ਜੈਮ ਵਾਲੀ ਬ੍ਰੇਕ ਲੈ ਲਈ ਸੀ, ਮੈਨੂੰ ਲੱਗਦਾ ਹਾਫ 'ਤੇ ਪਹੁੰਚਣ ਵਾਲੀ ਆ, ਚਾਰ ਕੁ ਘੰਟੇ 'ਚ ਉਤਰ ਜਾਵਾਂਗੇ, ਪਹੁੰਚੇ ਸੀ 6 ਘੰਟੇ 'ਚ, ਚਾਰ ਘੰਟੇ 'ਚ ਹੇਠਾਂ ਪਹੁੰਚ ਜਾਵਾਂਗੇ। ਜਲੰਧਰ ਜੀ ਚਾਰ ਘੰਟੇ ਬਹੁਤ ਨੇ ਹੇਠਾਂ ਜਾਣ ਨੂੰ। ਕੱਲ੍ਹ ਉਰੇ ਦੇਖ ਲਓ ਜਦੋਂ ਆਪਾਂ ਉੱਪਰ ਗਏ ਹਾਂ ਖਾਲੀ ਪਿਆ ਸੀ, ਅਤੇ ਅੱਜ ਦੇਖ ਲਓ ਕਿਵੇਂ ਕਿਵੇਂ ਜਨਤਾ ਭਰੀ ਪਈ, ਆਪਾਂ ਪਾਈ ਵੀ ਨਹੀਂ ਹਾਲੇ ਤੱਕ, ਕਿੰਨੀ ਜ਼ਿਆਦਾ ਭੀੜ ਹੋਈ ਪਈ ਅੱਜ। ਅਸੀਂ ਉਰੇ ਰੁਕ ਕੇ ਸੋਚਿਆ ਸੀ ਫੋਟੋ ਫੋਟੋ ਵੀਡੀਓ ਵੀਡੀਓ ਬਣਾਵਾਂਗੇ, ਪਰ ਹੁਣ ਤਾਂ ਇੰਨੀ ਜ਼ਿਆਦਾ ਭੀੜ ਆ, ਚਲੋ ਦੇਖਦੇ ਹਾਂ। ਇੱਕ ਹੋਰ ਦੇਖੋ ਵਿਊ ਕਿੰਨਾ ਸੋਹਣਾ, ਅਸੀਂ ਉੱਥੇ ਕੱਲ ਉਹ ਦਰਖਤ ਨੇ ਜਿਹੜੇ ਉਹਨਾਂ ਦੇ ਨੀਚੇ ਬੈਠ ਕੇ ਮੈਗੀ ਮੂਗੀ ਬਣਾਈ ਸੀ ਜਦੋਂ ਖਾਧੀ ਸੀ, ਪੂਰੇ ਜਿਹੜਾ ਪੂਲ ਜਿਹਾ ਬਣਿਆ ਹੋਇਆ ਸੀ ਉਹਦੇ ਕੋਲ, ਹਾਫ ਤੋਂ ਵੱਧ ਰਸਤਾ ਅਸੀਂ ਕ੍ਰੋਸ ਕਰ ਗਏ ਡੇਢ ਘੰਟੇ ਦੇ ਵਿੱਚ ਹੀ। 3 ਘੰਟੇ 'ਚ ਬੰਦਾ ਈਜ਼ੀਲੀ ਉੱਤਰ ਸਕਦਾ, 3 ਤੋਂ 6 'ਚ ਉੱਤਰ ਜੂਗਾ ਜਿਹਦੇ ਕੋਲ ਸਮਾਨ ਘੱਟ ਹੋਇਆ ਅਤੇ ਰੁਕਿਆ ਨਾ। ਆਹ ਨੀਚੇ ਵੀ ਬਣੇ ਹੋਏ ਨੇ ਛੋਟੇ ਛੋਟੇ, ਪਹੁੰਚ ਚੁੱਕੇ ਹਾਂ ਬਿਲਕੁਲ ਨੀਚੇ ਐਂਡ ਵਾਲੇ ਕੈਫੇ 'ਤੇ ਜਿਹੜਾ ਸਟਾਰਟਿੰਗ 'ਚ ਪਹਿਲਾਂ ਆਉਂਦਾ, ਅਤੇ ਹੁਣ ਬਣ ਰਿਹਾ ਉਰੇ ਨਹਾਉਣ ਦਾ ਪਲੈਨ, ਬਰਫ ਵਰਗਾ ਪਾਣੀ ਆ। ਬਸ ਚੱਕਰ ਇਹ ਪੈਂਦਾ ਵੱਡਾ ਤੌਲੀਆ ਨਹੀਂ ਹੈਗਾ, ਵੱਡੇ ਤੌਲੀਏ ਦਾ ਚੱਕਰ ਪੈਂਦਾ, ਚੇਂਜ ਕਰਨ 'ਚ ਦਿੱਕਤ ਆਊਗੀ। ਤਾਂ ਦੇਖੋ ਹੁਣ ਕੋਈ ਲਾਉਣੇ ਆ ਜਗਾੜ, ਫਿਰ ਕਰਦੇ ਹਾਂ ਹੀਲਾ ਵੀ। ਹਾਂਜੀ, ਨਹਾਉਣ ਤੋਂ ਬਾਅਦ ਸਾਡਾ ਟਰੈਕ ਹੋ ਚੁੱਕਿਆ ਖਤਮ, ਨਹਾ ਕੇ ਬਹੁਤ ਜ਼ਿਆਦਾ ਨਜ਼ਾਰਾ ਆਇਆ, ਅਤੇ ਟਰੈਕ ਬਹੁਤ ਔਖਾ ਸੀ, ਐਂ ਕਹਿ ਲਓ ਵੀ ਔਖਾ ਸੀ, ਪਰ ਵਧੀਆ ਸੀ, ਜਾਣਾ ਚਾਹੀਦਾ। ਮੈਂ ਉੱਥੇ ਜਾ ਕੇ ਸਾਰੀ ਥਕਾਵਟ ਉੱਤਰ ਜਾਂਦੀ ਹੈ, ਅਤੇ ਆਪਣਾ ਟਰੈਕ ਹੋ ਗਿਆ ਕੰਪਲੀਟ, ਸਭ ਤੋਂ ਵੱਧ ਨਜ਼ਾਰਾ ਆਇਆ ਨਹਾ ਕੇ, ਫਿਰ ਰਾਤ ਨੂੰ ਬੋਨਫਾਇਰ ਕਰਕੇ। ਬਹੁਤ ਜਲਦੀ ਮਿਲਦੇ ਹਾਂ ਹੁਣ ਤੁਹਾਨੂੰ ਇੱਕ ਨਵੇਂ ਵਲੌਗ ਦੇ ਨਾਲ।